ਤੁਹਾਡੀ ਕੀ ਸ਼ਰਾਰਤ ਹੈ ਸਭ ਤੋਂ ਬੈਸਟ ਬਚਪਨ ਚ ਕੀਤੀ ਸੀ ਮੈਂ ਬਹੁਤ ਬੱਚਿਆਂ ਨੂੰ ਕੁੱਟਦੀ ਹੁੰਦੀ ਸੀ ਸਮੇਂ ਮੰਮੀ ਡੈਡੀ ਨੂੰ ਬੁਲਾ ਮੈਨੂੰ ਕੁਝ ਕਰੀ ਕਲਾਸ ਚ ਬੰਦੇ ਨੂੰ ਖੜਾ ਨਹੀਂ ਸੀ ਕਰਦੇ ਹੁੰਦੇ ਤੂੰ ਕਲਾ ਦਾ ਧਿਆਨ ਰੱਖੀ ਮੈਂ ਪਾਣੀ ਪੀ ਕੇ ਆਉਣੀ ਹਾਂ ਮੈਡਮ ਇਹ ਨਹੀਂ ਕਹਿੰਦੇ ਮੈਂ ਵਾਸ਼ਰੂਮ ਜਾ ਕੇ ਆਉਣਾ ਥੋੜੀ ਮੈਂ ਉਹਨਾਂ ਨੂੰ ਚਾਰ ਪੰਜ ਝਾਂਪ ਦਿੰਦਾ ਤੇ ਉਹ ਉਹਨਾਂ ਨੂੰ ਜਿੱਤ ਗੁੱਸਾ ਹੁੰਦਾ ਝਾਂਪ ਦਿੰਦਾ ਮੈਂ ਮਾਸਟਰ ਹੁੰਦਾ ਸੀ ਉਸ ਟਾਈਮ ਚੱਲਦਾ ਮੈਨੂੰ ਜਦੋਂ ਮੈਡਮ ਖੜੀ ਕਰਕੇ ਗਈ ਹੈ ਮੈਂ ਜਦ ਨੂੰ ਫੈਂਟ ਦਿੰਦਾ ਕਿੰਨੇ ਚੋਰੀ ਕੀਤੇ ਗੁਰੂ ਮਹਾਰਾਜ ਨੂੰ ਵੀ ਚੁੱਕੇ ਨਿੱਕੇ ਹੁੰਦੇ ਨੇ ਪਰ ਮਹਾਰਾਜ ਆਪੇ ਮਾਫ਼ ਕਰ ਦਿੰਦੇ ਹੁੰਦੇ ਆ ਤੇ ਉਹ ਨਿੱਕੇ ਹੁੰਦੇ ਚੱਕ ਹੁੰਦੇ ਚੱਕ ਕੇ ਤੇ ਜਾ ਕੇ ਹੱਡੀ ਦੇ ਚੀਜ਼ੀ ਕਰ ਲੈਂਦੇ ਪਕੜੇ ਕਿਤੇ ਗਲਤ ਕੰਮ ਲਾਏ ਤੁਸੀਂ ਕਰ ਲੈਣੇ ਬਿਲਕੁਲ ਕਰੋਗੀ ਮਤਲਬ ਉਸ ਟਾਈਮ ਜਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਲੱਗਦਾ 25 ਪੈਸੇ ਕਾਫੀ ਜ਼ਿਆਦਾ ਹੁੰਦੇ ਸੀਗੇ 80 ਦੀ ਗੱਲ ਕਰਦਾ ਤੇ ਕਰ ਲੈਂਦੇ ਸੀ ਕਦੇ ਕਦੇ ਕੁਛ ਟਰੰਕੇ ਟੁਲੇ 50 ਪੈਸੇ ਹੋਰ ਕੀ ਹੋਰ ਆਪਣੇ ਉੱਥੇ ਜਿਹੜੀਆਂ ਰਕਮਾਂ ਹੁੰਦੀਆਂ ਤੇ ਹਾੜੀ ਸੋਹਣੀਆਂ ਹੁੰਦੀਆਂ ਸੀ ਉਹ ਜਦੋਂ ਆਈਆਂ ਉਦੋਂ ਪਹਿਲਾਂ ਲੱਗ ਜਾਂਦੀਆਂ ਦਾਦਾ ਵੀ ਹੁੰਦੇ ਸਾਰਿਆਂ ਦੇ ਘਰਾਂ ਚੋਂ ਕਦੇ ਮੋਹੀ ਚੁੱਕ ਚੁੱਕ ਕੇ ਖਾਂਦੇ ਰਹੇ ਬਸ ਉਹੀ ਜਾ ਕੇ ਲੈ ਕੇ ਕੁਛ ਟੋਫੀਆਂ ਲੈ ਲਈਆਂ ਜਾਂ ਪੋਫਲੇ ਲੈ ਲਏ ਪਰ ਅੱਜ ਤੱਕ ਸਭ ਪਤਾ ਹੁੰਦਾ ਸੀ ਵੀ ਸਾਹਮਣੇ ਡੈਡੀ ਦਾ ਪਰਸ ਪਿਆ ਡੈਡੀ ਤਾਂ ਕਦੇ ਪਰਸ ਨੂੰ ਹੱਥ ਨਹੀਂ ਲਾਇਆ ਪਰਚਾਤਿਆਂ ਛੱਡ ਥੱਲੇ ਤੋਂ 2 ਲੱਭ ਕੇ 3 ਲੱਭ ਕੇ ਉਹ ਉਹੀ ਜਿਵੇਂ ਇਸ ਤਰ੍ਹਾਂ ਘਰ 'ਚ ਰੱਖ ਦੇਈਦੇ ਜਿਵੇਂ ਲੈ ਟੁੱਟੇ ਪੈਸੇ ਰੱਖੇ ਹੋਏ ਉਹਨਾਂ 'ਚੋਂ ਲੈ ਲੈਣੇ ਚਲੋ ਕਹਿਣਾ ਕਿ ਖਾਣ ਵਾਸਤੇ ਬੱਚਿਆਂ ਨੇ ਆਈਸਕ੍ਰੀਮ ਖਾ ਲਈ ਕੋ ਕੁਲਫੀਆਂ ਲੈ ਲਈਆਂ ਛੋਟੇ ਹੁੰਦੇ ਜਦੋਂ ਵੈਸੇ ਇਹ ਪੰਜਾਬ 'ਚ ਜ਼ਿਆਦਾ ਹੁੰਦਾ ਘਰ ਗੈਸਟ ਆਏ ਗੁਆਂਢੀਆਂ ਕੋਲ ਕੱਪ ਕੌਣ ਲੈਣ ਜਾਂਦਾ ਹੁੰਦਾ ਸੀ ਸੇਮ ਕਲਰ ਦੇ ਕੱਪ ਹੁੰਦੇ ਜੀ ਸਭ ਤੋਂ ਪਹਿਲਾਂ ਕਈ ਵਾਰੀ ਅਚਨਚੇਤ ਗੁਆਂਢੀ ਆ ਜਾਂਦੇ ਨੇ ਨਾ ਜਾ ਪੈਸੇ ਫੜ ਜਾ ਕੇ ਭੁਜੀਆ ਤੇ ਬਿਸਕੁਟ ਲੈ ਗਿਆ ਠੰਡਾ ਲੈਣ ਲੱਗਾ ਉਹ ਬੜਾ ਕੁਝ ਕੀਤਾ ਇੱਕ